अजनाला के गांव लखोवाल में गत रात्रि अज्ञात लोगों की ओर से एक व्यक्ति का मर्डर कर दिया गया था, जिस पर डीआईजी बॉर्डर रेंज राकेश कौशल के नेतृत्व में पुलिस अधिकारियों की ओर से घटना स्थल पर जाकर जांच शुरू कर दी गई। और इस दौरान गांव वालों की ओर से आज मतदान वाले दिन मतदान ना करने का निर्णय लिया गया था, जिस पर डीआईजी राकेश कौशल की ओर से यहां गांव वालों को मतदान करने की अपील की। वहीं पर उन्होंने गांव वालों को बताया कि पुलिस की ओर से अज्ञात आरोपियों के खिलाफ मामला दर्ज कर लिया गया है और उन्हें जल्द ही गिरफ्तार कर लिया जाएगा और उनके खिलाफ बनती कानूनी कार्रवाई की जाएगी। ਮੰਦਵਾ ਕੀ ਘਟਨਾ ਹੋਈ ਹੈ ਗੱਲ ਇਹ ਅਸੀਂ ਸਾਰੇ ਪੁੱਲ ਪ੍ਰੋਸੈਸ 'ਚ ਬਿਜ਼ੀ ਸੀਗੇ ਮੁੰਡੇ ਦੀ ਜਾਨ ਗਈ ਹੈ ਅਸੀਂ ਪਰਚਾ ਦਰਜ ਕਰ ਲਿਆ ਤਫਤੀਸ਼ ਅਸੀਂ ਸ਼ੁਰੂ ਕਰਤੀ ਹੈ ਰੈਸਟ ਅਸ਼ੋਰਡ ਕੇਸ ਟਰੇਸ ਹੋਏਗਾ ਜਿਹੜੇ ਦੋਸ਼ੀ ਨੇ ਫੜੇ ਜਾਣਗੇ ਔਰ ਜੋ ਉਹਨਾਂ ਨੂੰ ਯੋਗ ਸਜ਼ਾ ਹੈਗੀ ਉਹ ਅਸੀਂ ਦਿਆਂਗੇ। ਕਤਲ ਦੇ ਪਿੱਛੇ ਕੀ ਕਾਰਨ ਸਾਹਮਣੇ ਆਇਆ ਭਾਜੀ ਅਸੀਂ ਤਫਤੀਸ਼ ਸ਼ੁਰੂ ਕੀਤੀ ਹਜੇ ਤੁਹਾਨੂੰ ਕਰਕੇ ਜਦੋਂ ਅਸੀਂ ਬੰਦੇ ਫੜਾਂਗੇ ਸਾਰਾ ਕੁਝ ਸਾਡੇ ਕੋਲ ਸਰ ਕੋਈ ਗੈਂਗ ਵੀ ਸਾਹਮਣੇ ਆਇਆ ਕੋਈ ਇਸ ਤਰ੍ਹਾਂ ਦੀ ਕੋਈ ਸਕਰੀਨ ਸ਼ਾਟ ਵਾਇਰਲ ਹੋ ਰਹੀ ਨੇ ਇੰਸਟਾਗ੍ਰਾਮ ਤੇ ਗੱਲਾਂ ਨੇ ਕਈ ਕੁਝ ਚੱਲ ਰਿਹਾ ਲੇਕਿਨ ਰੈਸਟ ਸ਼ੋਰ ਵੈਰੀਫਾਈ ਅਸੀਂ ਕੋਈ ਕਮੈਂਟ ਨਹੀਂ ਕਰ ਸਕਦੇ ਜਦ ਤੱਕ ਅਸੀਂ ਤਫਤੀਸ਼ ਆਪਣੀ ਨਾ ਕਰ ਲਈ ਅਸੀਂ ਬੰਦੇ ਨਾ ਫੜ ਲਈਏ ਅਸੀਂ ਕਿਸੇ ਨਤੀਜੇ ਨਾਲ ਪਹੁੰਚੀਏ ਅਸੀਂ ਤੁਸੀਂ ਪਿੰਡ ਵਿੱਚ ਪਹੁੰਚੇ ਹੋ ਉਹਨਾਂ ਨੂੰ ਅਪੀਲ ਕੀਤੀ ਹੈ ਕਿ ਦੇਖੋ ਜੀ ਅਸੀਂ ਤਾਂ ਚਾਹੁੰਦੇ ਵੀ ਲੋਕਤੰਤਰ ਆਏ ਅੱਜ ਲੋਕਤੰਤਰ ਦਾ ਪਰਵ ਆਏ ਸਾਰੇ ਪਾਸੇ ਵੋਟਿੰਗ ਹੋ ਰਹੀ ਆ ਇਹਨਾਂ ਦੇ ਅਸੀਂ ਦੋਸ਼ੀ ਵੀ ਸ਼ਾਮਿਲ ਆ ਸਾਨੂੰ ਵੀ ਅਫਸੋਸ ਸੀ ਅਸੀਂ ਤਾਂ ਜੋ ਇਹਨਾਂ ਨੂੰ ਹੈਗਾ ਬੀਇੰਗ ਅਫੀਸ਼ੀਅਲ ਗਵਰਮੈਂਟ ਅਫੀਸ਼ੀਅਲ ਅਸੀਂ ਤਾਂ ਇਹ ਰਿਕੁਐਸਟ ਕਰ ਸਕਦੇ ਹਾਂ ਬਾਕੀ ਇਹ ਇਹਨਾਂ ਦੀ ਇੱਛਾ ਜੀ ਇਹਨਾਂ ਨੇ ਫੈਸਲਾ ਕੀਤਾ ਵੀ ਸਰ ਸਾਡੇ ਪਿੰਡ 'ਚ ਅਫਸੋਸ ਆ ਸੋ ਸ਼ਾਇਦ ਅਸੀਂ ਵੋਟਿੰਗ ਨਾ ਕਰੀਏ ਬਾਕੀ ਮੈਂ ਤਾਂ ਇਹੀ ਕਿਹਾ ਤੁਸੀਂ ਸੋਚ ਲਓ ਕਰ ਲਓ ਕਹਿੰਦੇ ਅਸੀਂ ਕਿਸੇ ਦਾ ਕਰ ਲੈਂਦੇ ਹਾਂ ਬਟ ਵੋਟ ਪਾਉਣਾ ਨਾ ਪਾਉਣਾ ਉਹ ਇਹਨਾਂ ਦੀ ਮਰਜ਼ੀ ਆ ਅਸੀਂ ਤਾਂ ਇਹ ਚਾਹੁੰਦੇ ਸੀ ਕਿ ਮਤਲਬ ਕਿਸੇ ਦਬਾਅ ਸੇ ਰਾਗ ਨਾ ਇਹ ਹੋਏ ਕਿ ਅਸੀਂ ਵੋਟ ਨਹੀਂ ਪਾਉਣੀ ਵਟਾਗੜ ਦਾ ਪਿੰਡ ਦਾ ਸਾਂਝਾ ਫੈਸਲਾ ਇਹਨਾਂ ਦੀ ਆਪਸੀ ਇਹ ਹਾਂ ਠੀਕ ਹੈ ਬੇਟਾ ਵੀ ਆਰ ਵਿਦ ਯੂ ਅਸੀਂ ਤੁਹਾਡੇ ਨਾਲ ਆ ਸੀ ਅਸੀਂ ਤੁਹਾਡੇ ਨਾਲ ਆ ਅਸੀਂ ਸਾਰੇ ਤੁਹਾਡੇ ਨਾਲ ਆ ਅਸੀਂ ਠੀਕ ਹੈ ਨਾ ਅਸੀਂ ਸਾਰੇ ਤੁਹਾਡੇ ਨਾਲ ਆ ਕੋਈ ਐਸੀ ਗੱਲ ਨਹੀਂ ਪਾਉਣਾ ਇਹ ਪਿੰਡ ਦਾ ਆਪਣਾ ਫੈਸਲਾ ਅਸੀਂ ਤਾਂ ਰਿਕੁਐਸਟ ਕਰ ਸਕਦੇ ਸੀਗੇ ਅਪੀਲ ਕਰ ਸਕਦੇ ਸੀਗੇ ਅਸੀਂ ਆਪਣਾ ਫਰਜ਼ ਨਿਭਾਇਆ ਹੈਗਾ ਅਸੀਂ ਉਹਨੂੰ ਸਮਝਾਇਆ ਵੀ ਹੈਗਾ ਬਾਕੀ ਇਟ ਇਜ਼ ਅਪ ਟੂ ਦੈਮ ਕੀ ਵਿਸ਼ਵਾਸ ਦਵਾਈ ਯੋਰ ਨਾਲ ਐਸ ਐਫ ਸਾਹਿਬ ਮੇਰੇ ਨਾਲ ਖੜੇ ਹੈ ਰਾਤ ਦੇ ਅਸੀਂ ਏਸੀ ਦੇ ਅੱਗੇ ਹੈ ਨਹੀਂ ਕਿ ਅਸੀਂ ਏਸੀ ਤੋਂ ਪਿੱਛੇ ਹੋ ਗਏ ਹਾਂ ਵੀ ਆਰ ਔਨ ਟੂ ਇਟ ਚਾਹੇ ਇਲੈਕਸ਼ਨ ਪ੍ਰੋਸੈਸ ਚੱਲ ਰਿਹਾ ਪਰ ਸਾਡੀ ਟੀਮਾਂ ਆਪਣਾ ਕੰਮ ਕਰ ਰਹੀਆਂ ਨੇ ਜਿੰਨੀ ਛੇਤੀ ਸਾਡਾ ਕੇਸ ਟ੍ਰੇਸ ਹੋਏਗਾ ਦੋਸ਼ੀ ਫੜੇ ਜਾਣਗੇ ਤੁਹਾਨੂੰ ਪਤਾ ਹੀ ਪ੍ਰੈਸ ਭਰਾ ਨੂੰ ਬੁਲਾ ਕੇ ਹੀ ਦੱਸਿਆ ਹੁੰਦਾ ਸੋ ਵੀਲ ਕਾਲ ਯੂ ਐਂਡ ਵੀ ਟੈਲ ਯੂ ਥੈਂਕ ਯੂ।